ਖਬਰ ਹੈ ਗੁਰਦਾਸਪੁਰ ਤੋਂ, ਜਿੱਥੇ ਕਿ ਯੂਨੀਅਨ ਬੈਂਕ ਆਫ ਇੰਡੀਆ ਦਾ ਕਰਜ਼ਾਨਾ ਵਾਪਸ ਕਰਨ ਦੀ ਸੂਰਤ ਵਿੱਚ ਬੈਂਕ ਕਰਮਚਾਰੀਆਂ ਵੱਲੋਂ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਦੋ ਵਿਧਵਾ ਔਰਤਾਂ ਸਮੇਤ ਇੱਕ ਮਾਸੂਮ ਬੱਚੇ ਨੂੰ ਕੋਠੀ ਵਿੱਚੋਂ ਬਾਹਰ ਕੱਢ ਕੇ ਤਾਲਾ ਲਗਾ ਕੋਠੀ ਸੀਲ ਕਰ ਦਿੱਤੀ ਗਈ। ਵਿਧਵਾ ਗਗਨਦੀਪ ਕੌਰ ਵਾਸੀ ਪੁਸ਼ਪਾ ਕਲੋਨੀ ਨੇੜੇ KJ ਹਸਪਤਾਲ ਧਾਰੀਵਾਲ ਨੇ ਦੱਸਿਆ ਕਿ ਉਸ ਦੇ ਸਹੁਰੇ ਨੇ ਉਕਤ ਬੈਂਕ ਤੋਂ 10 ਲੱਖ ਰੁਪਏ ਕਰਜ਼ਾ ਲਿਆ ਸੀ, ਪਰ ਅਚਾਨਕ ਉਹਨਾਂ ਦੀ ਮੌਤ ਹੋ ਗਈ ਤੇ ਬੈਂਕ ਦਾ ਕਰਜ਼ਾ ਵਾਪਿਸ ਨਾ ਕਰਨ ਤੋਂ ਪਰੇਸ਼ਾਨ ਉਸ ਦੇ ਪਤੀ ਨੇ ਕਰੀਬ 4 ਸਾਲ ਪਹਿਲਾਂ ਆਤਮ ਹੱਤਿਆ ਕਰ ਲਈ ਸੀ। ਜਦਕਿ ਉਹ ਅਤੇ ਉਸ ਦਾ 9 ਸਾਲ ਦਾ ਬੇਟਾ ਅਤੇ ਬਿਰਧ ਸੱਸ ਨੂੰ ਪੁਲਿਸ ਪ੍ਰਸ਼ਾਸਨ ਨੇ ਧੱਕੇ ਨਾਲ ਘਰ ਚੋਂ ਬਾਹਰ ਕੱਢ ਕੇ ਕੋਠੀ ਸੀਲ ਕਰ ਦਿੱਤੀ। ਸਰ, ਮੇਰਾ ਨਾਮ ਗਗਨਦੀਪ ਕੌਰ, ਮੇਰਾ ਬੇਟਾ ਸਹਿਜਵੀਰ 9 ਸਾਲ ਦਾ ਤੇ ਮੇਰੇ ਹਸਬੈਂਡ ਦੀ 4 ਸਾਲ ਪਹਿਲਾਂ ਡੈਥ ਹੋ ਗਈ। ਉਹਨਾਂ ਨੇ ਸੁਸਾਈਡ ਕਰ ਦੇਗੀ। ਉਹਨਾਂ ਦੇ ਬੈਂਕ ਦਾ ਲੋਨ ਸੀਗਾ ਤੇ ਇਸ ਕਰਕੇ ਉਹ ਪੇ ਨਹੀਂ ਕਰ ਸਕੇ ਤੇ ਕਿੰਨੇ ਕਰਨਾ ਸਾਡੇ ਘਰ ਚ ਕੋਈ ਆਦਮੀ ਨੀ ਹੈਗਾ। ਮੇਰਾ ਬੱਚਾ ਮੇਰੇ ਮਦਰ ਇਨ ਲਾ ਨੇ ਸਰ 10 ਲੱਖ ਸੀਗਾ ਤੇ ਹੁਣ 16 ਲੱਖ ਕਿਹਨਾਂ ਨੇ ਕੀਤਾ। ਮੌਕੇ ਤੇ ਮੌਜੂਦ ਡਿਪਟੀ ਮੈਜਿਸਟ੍ਰੇਟ ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਧਾਰੀਵਾਲ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਤਹਿਤ ਬੈਂਕ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ, ਜਦਕਿ ਬੈਂਕ ਵੱਲੋਂ ਇਹਨਾਂ ਨੂੰ ਕਰਜ਼ਾ ਵਾਪਿਸ ਕਰਨ ਸੰਬੰਧੀ ਕਈ ਵਾਰ ਨੋਟਿਸ ਦਿੱਤੇ ਗਏ ਸਨ, ਪਰ ਇਹਨਾਂ ਨੇ ਬੈਂਕ ਵੱਲੋਂ ਭੇਜੇ ਨੋਟਿਸਾਂ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਕਰਕੇ ਅੱਜ ਕੋਠੀ ਨੂੰ ਮਜਬੂਰਨ ਸੀਲ ਕਰਨਾ ਪਿਆ। ਕੋਠੀ ਸੀਲ ਕਰਨ ਵਾਲੇ ਬੈਂਕ ਅਧਿਕਾਰੀਆਂ ਨੇ ਕੈਮਰੇ ਸਾਹਮਣੇ ਬੋਲਣ ਤੋਂ ਗੁਰੇਜ਼ ਕੀਤਾ। ਇਹ ਕੋਠੀ ਦੇ ਨਾਲ ਲੋਨ ਹੀ ਬੈਂਕ ਤੋਂ ਲਿਆ, ਇਹਨਾਂ ਨੇ ਹਾਊਸਿੰਗ ਲੋਨ ਲਿਆ ਜੀ। ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈ ਆ, ਉਹ ਬੈਂਕ ਦੇ ਅਦਾ ਨਹੀਂ ਕੀਤੇ ਤੇ ਮਾਂ ਜੋ ਡੀ ਸਾਹਿਬ ਦੇ ਹੁਕਮ ਅਨੁਸਾਰ ਇਹਨਾਂ ਨੂੰ ਆਰਡਰ ਹੋਏ ਸੀ ਪੁਜੈਸ਼ਨ ਲੈਣ ਦੇ ਬੈਂਕ ਵਾਲਿਆਂ ਨੂੰ। ਇਹ ਆਰਡਰ ਹੋਏ ਆ 18/3/2024 ਦੇ, 6 ਮਹੀਨੇ ਹੋ ਗਏ ਹੋਏ ਆਰਡਰ ਨੂੰ ਅਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਣੀ ਕਾਰਵਾਈ ਕਰਨੀ ਆ, ਉਹਨਾਂ ਨੇ ਪੁਜੈਸ਼ਨ ਲਿਆ ਪੀਸਫੁਲੀ। ਅਤੇ ਗਗਨਦੀਪ ਕੌਰ ਹੈ ਲੀਗਲ ਏਅਰ, ਉਹਦੇ ਵਾਈਫ ਲੇਡ ਆ ਉਹ ਜਗਦੀਪ ਸਿੰਘ ਦੇ, ਅਤੇ ਬਾਹਰੋਂ ਆ ਪੁਸ਼ਪਾ ਕਲੋਨੀ ਵਿੱਚ ਇਹਨਾਂ ਨੇ ਲਿਆ ਵਾ। ਇੱਕ ਵਾਰੀ ਦੱਸ ਸਕਦੇ 16.5 ਲੱਖ ਰੁਪਏ ਇਸ ਵੇਲੇ ਪੈਂਡਿੰਗ ਹੈ ਜੀ ਇਹਨਾਂ ਦੇ। ਇਹ ਤਾਂ ਵੇਖੋ ਜੀ, ਇਹਨਾਂ ਨੇ ਨੋਟਿਸ ਦਿੱਤਾ, ਇੰਨੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਸੀ। ਪ੍ਰੋਪਰ ਕਾਰਵਾਈ ਹੋਣ ਤੋਂ ਬਾਵਜੂਦ 6 ਮਹੀਨੇ ਹੋ ਗਏ ਆ ਅਤੇ 6 ਮਹੀਨੇ ਦਾ ਟਾਈਮ ਇਹਨਾਂ ਕੋਲ ਹੈਗਾ ਸੀ, ਬੈਂਕ ਨਾਲ ਸੈਟਲਮੈਂਟ ਕਰ ਲੈਂਦੇ, ਪੈਸੇ ਦੇ ਦਿੰਦੇ ਅਤੇ ਇਹਨਾਂ ਦੀ ਐਡਜਸਟਮੈਂਟ ਹੋ ਜਾਣੀ ਸੀ।